स्वागत ਕਰਦੇ ਹਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬੀਆਂ ਨੂੰ ਕਿਉਂ ਵਾਰ-ਵਾਰ ਚ ਤਾਂ ਆਉਣੇ ਦਿੱਤਾ ਜਾਂਦੀਆਂ ਹੈ ਕੈਨੇਡਾ ਛੱਡਣ ਦੀਆਂ ਤੇ ਟਰੂਡੋ ਸਰਕਾਰ ਹੁਣ ਨਵਾਂ ਕਾਨੂੰਨ ਹੋਰ ਸਖਤ ਕਰ ਲਈ ਹੈ ਤੁਸੀਂ ਨਵੇਂ ਨੇ ਕਾਨੂੰਨ ਦੇ ਬਚਾ ਕੇ ਨਵੇਂ ਰੂਲ ਲੈ ਕੇ ਆਏ ਜਾਣਗੇ ਜਿਵੇਂ ਕਿ ਰੀਸੈਂਟਲੀ ਕੈਨੇਡਾ ਸਰਕਾਰ ਦੀ ਕਾਨਫਰੰਸ ਹੋਈ ਸੀ ਤੇ ਕੈਨੇਡਾ ਸਰਕਾਰ ਦੀ ਕਾਨਫਰੰਸ ਤੋਂ ਬਾਅਦ ਉੱਥੋਂ ਦੀ ਜੋ ਪੁਲਿਸ ਕਮਿਸ਼ਨਰ ਹੈ ਉਹਨਾਂ ਨੇ ਵੀ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਕਾਨਫਰੰਸ ਦੇ ਵਿੱਚ ਦੱਸਿਆ ਕਿ ਅਸੀਂ 8 ਪੰਜਾਬੀ ਮੁੰਡੇ ਕੁੜੀਆਂ ਐ ਜੋ ਗ੍ਰਫਤਾਰ ਕੀਤੇ ਗਏ ਐ ਇਹ ਗ੍ਰਫਤਾਰ ਅਸਲੀ ਕੀਤੇ ਗਏ ਐ ਕਿਉਂਕਿ ਇਹਨਾਂ ਦਾ ਸਾਰਿਆਂ ਦਾ ਸਾਰਿਆਂ ਦਾ ਜੋ ਲਿੰਕ ਹੈ ਉਹ ਲਿੰਕ ਹੈ ਭਾਰਤ ਸਰਕਾਰ ਦੇ ਨਾਲ ਭਾਰਤ ਸਰਕਾਰ ਬਸ਼ਲੇ ਕਈ ਸਾਲਾਂ ਤੋਂ ਜਾਂ ਫਿਰ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਫੇਮਸ ਜੋ ਪਰਸਨੈਲਿਟੀ ਐ ਜਾਂ ਫਿਰ ਜੋ ਸਿਟੀਜ਼ਨ ਆ ਇੱਥੋਂ ਦੇ ਫੇਮਸ ਕੈਨੇਡਾ ਦੇ ਵਿੱਚ ਉਹਨਾਂ ਉਤੇ ਵਾਰ-ਵਾਰ ਹਮਲਾ ਕਰਵਾ ਰਹੀ ਹੈ ਜਿਵੇਂ ਕਿ ਫੇਮਸ ਸਿੰਗਰ ਸੀ ਏਪੀ ਢਿੱਲੋ ਜਾਂ ਇਸ ਤੋਂ ਇਲਾਵਾ ਨਿੱਜਰ ਜਾਫਰ ਇਸ ਤੋਂ ਇਲਾਵਾ ਜਾਹਰ ਤਰ ਸਿੱਖ ਕਮਿਊਨਿਟੀ ਦੇ ਲੋਕ ਉਹਨਾਂ ਉਤੇ ਹਮਲਾ ਕਰਵਾਏ ਜਾ ਰਹੇ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਇਹਨਾਂ ਸਾਰਿਆਂ ਦੇ ਜੋ ਲਿੰਕ ਪਾਏ ਗਏ ਆ ਉਹ ਭਾਰਤ ਸਰਕਾਰ ਦੁਆਰਾ ਪਾਏ ਗਏ ਤੇ ਕਈਆਂ ਨੇ ਇਸ ਨੂੰ ਅਕਸੈਪਟ ਵੀ ਕੀਤਾ ਹੈ ਕਿਉਂਕਿ ਗਵਰਨਮੈਂਟ ਦਾ ਕੋਈ ਜੜਦਾ ਹੈ ਤੇ ਪੁਲਿਸ ਸਾਰਾ ਕੁਝ ਮਨਵਾ ਲੈਂਦੀ ਹੈ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਐਸ ਦਾ ਟਾਰਗੇਟ ਪੰਜਾਬੀਆਂ ਨੂੰ ਹੀ ਕਿਉਂ ਕੀਤਾ ਜਾਂਦਾ ਹੈ ਸਿੱਖਾਂ ਨੂੰ ਹੀ ਕਿਉਂ ਕੀਤਾ ਜਾਂਦਾ ਹੈ ਪਾਰਤ ਸਰਕਾਰ ਦੁਆਰਾ ਇਹ ਚੀਜ਼ ਹਜੇ ਤੱਕ ਕਲੀਅਰ ਨਹੀਂ ਕੀਤੀ ਗਈ ਕਿਉਂਕਿ ਜਦੋਂ ਵੀ ਗਲੋਬਲ ਮੀਟਿੰਗ ਹੁੰਦੀ ਹੈ ਤੇ ਉਸ ਦੇ ਵਿੱਚ ਸਵਾਲ ਜਵਾਬ ਪੁੱਛੇ ਜਾਂਦੇ ਤੇ ਉਸ ਦੇ ਉੱਤੇ ਭਾਰਤ ਨੇ ਸਾਫ਼ ਸਾਫ਼ ਮਨਾ ਕਰ ਦਿੱਤਾ ਹੈ ਹੁਣ ਗੋਦੀ ਮੀਡੀਆ ਇਸ ਨੂੰ ਵਾਰ-ਵਾਰ ਔਸ਼ਲਾ ਰਿਹਾ ਹੈ ਤੇ ਜਿੰਨਾ ਵੀ ਸਪੋਰਟ ਮਿਲ ਰਹੀ ਹੈ ਇਹ ਸੋਸ਼ਲ ਮੀਡੀਆ ਰਾਈ ਮਿਲ ਰਹੀ ਹੈ ਤੇ ਸਾਡੀ ਵੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਸੀਂ ਪੰਜਾਬ ਦੇ ਵਸਨੀਕ ਹੋ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਿਉਂਕਿ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਆਵਾਜ਼ ਚੱਕਦੇ ਆਂ ਅਸੀਂ ਤੁਹਾਡੇ ਲਈ ਸਪੋਰਟ ਕਰਦੇ ਆਂ ਚਾਹੇ ਤੁਸੀਂ ਇੰਡੀਆ ਦੇ ਵਿੱਚ ਰਹਿ ਰਹੇ ਹੋ ਚਾਹੇ ਤੁਸੀਂ ਬਾਹਰ ਰਹਿ ਰਹੇ ਹੋ ਵਿਊਆਂ ਲੈਣ ਲਈ ਜਿਤੋਨੀ ਮਾਰਗਾ ਜਾਂਦਕ ਇਜੇ ਤਾਂ ਬਹੁਤ ਵੱਡੀ ਚੀਜ਼ ਹੁੰਦੀ ਹੈ ਇੱਕ ਸਟੈਂਡ ਬਹੁਤ ਵੱਡਾ ਚੀਜ਼ ਹੁੰਦੀ ਹੈ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਖੜਨਾ ਆਪਣੇ ਦੇਸ਼ ਲਈ ਖੜਨਾ ਆਪਣੀ ਕਮਿਊਨਿਟੀ ਲਈ ਖੜਨਾ ਖਾਸ ਕਰਕੇ ਸਭ ਤੋਂ ਮੇਨ ਇੰਪੋਰਟੈਂਟ ਹੁੰਦਾ ਹੈ ਜੇਕਰ ਮੇਰੀ ਕੋਈ ਗਲਤ ਗੱਲ ਲੱਗੀ ਹੋਵੇ ਤਾਂ ਪੌਲ ਚੌਕਾ ਮਾਫਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਆਪਣਾ ਫੈਰ散 ਕੇ ਹਰੇਕ ਪੰਜਾਬੀ ਤੱਕ ਸ਼ੇਅਰ ਕਰਿਓ ਕਿ ਉਹ ਸਪੋਰਟ ਕਰੇ ਆਪਣੀ ਕਮਿਊਨਿਟੀ ਦੀ